ਜੀ ਅੱਗੇ ਸਾਡਾ ਇੱਕ ਹੋਰ ਮਜ਼ਮੂਨ ਆਉਂਦਾ ਜੀ ਬਹਾਜੜ ਤਖਤ ਲਾਹੌਰ। ਇਹਦੇ ਵਿੱਚ ਕਹਿੰਦੇ ਨੇ ਜੀ 16ਵੀਂ ਸਦੀ ਦਾ ਲਾਹੌਰ ਇਹੋ ਜਿਹਾ ਲਾਹੌਰ ਸੀ ਜਿੱਥੇ ਸਿਆਸਤ, ਇਲਮ, ਰਿਵਾਜ ਤੇ ਕਾਨੂੰਨ ਦਾ ਢੰਗ ਸ਼ੇਰੋਬਾਰ ਨਹੀਂ ਜਾਣਦੇ ਰਿਹਾ। ਇੱਥੇ ਦੀ ਛਾਨੀ ਤੇ ਬਾਰੂਦ ਖਾਨੇ ਦੇ ਸਰ ਤੇ ਹਾਕਿਮ ਦਾ ਹੁਕਮ ਚੱਲਦਾ ਹੈ। ਦੁੱਲਾ ਭੱਟੀ ਬਾਹਰ ਦਾ ਵਸਨੀਕ ਹੈ ਜਿਹਨੇ 7 ਪੀੜ੍ਹੀਆਂ ਤੋਂ ਦਿੱਲੀ ਦੀ ਬਾਦਸ਼ਾਹੀ ਅੱਗੇ ਸਰ ਨਹੀਂ ਨਵਾਇਆ। ਉਹਨੇ ਨਿੱਕੇ ਹੁੰਦਿਆਂ ਲਾ ਆਪਣੀ ਰੱਤ ਨੂੰ ਅਮਾਨਤ ਜਾਣ ਕੇ ਲੜਾਈ ਲਈ ਤਿਆਰ ਰੱਖਿਆ। ਲਾਹੌਰ ਦਰਬਾਰ ਨੂੰ ਹਰ ਦਮ ਉਹਦਾ ਡਰ ਹੈ ਦੁੱਲਾ ਭੱਟੀ ਦਾ, ਠੀਕ ਹੈ, ਪਰ ਉਹ ਹਰ ਹਰ ਥਾਂ ਹੁੰਦਾ ਹੈ ਤੇ ਲੱਭਦਾ ਨਹੀਂ ਹੈ। ਸ਼ਾਹੀ ਕਿਲੇ ਵਿੱਚ ਰਾਤੀ ਕੋਈ ਸੁੱਖ ਨਾਲ ਨਹੀਂ ਸੋ ਸਕਦਾ। ਸਰਕਾਰੀ ਨੌਕਰਚਾਰੀ ਉਹਨੇ ਕਿਸੇ ਫੰਦ ਨਾਲ ਸਿੰਗਲ ਘੱਟ ਕੇ ਲਾਹੌਰ ਸੂਲੀ ਚਾੜ ਦਿੱਤਾ। ਉਹਨੇ ਸੂਲੀ ਚੜ੍ਹ ਕੇ ਵੀ ਅਕਬਰ ਨੂੰ ਲਲਕਾਰਿਆ, ਪਰ ਲਾਹੌਰੀਏ ਦੇ ਖੌਫ ਦੇ ਮੁਰੀਦ ਉਹਨੂੰ ਸਿਰਫ ਵੇਖਦੇ ਰਹੇ, ਮੂੰਹ ਨਾ ਬੋਲੇ। ਲਾਹੌਰੀਆਂ ਦੀ ਇਸ ਭੀੜ ਵਿੱਚ ਇੱਕ ਪਾਵਲੀ ਪੁੱਤਰ ਲਾਲ ਹੁਸੈਨ ਵੀ ਹੈ ਜਿਹੜਾ ਦੂਜੇ ਲਾਹੌਰੀਓ ਕੋਲੋਂ ਵੱਖ ਹੈ। ਸਰਕਾਰ ਉਹਦੇ ਕੋਲੋਂ ਵੀ ਡਰਦੀ ਹੈ ਤੇ ਦੁੱਲੇ ਦੀ ਸੂਲੀ ਦਾ ਸਰਬੰਧ ਮਲਿਕ ਅਲੀ ਕੋਤਵਾਲ ਉਹਦੀ ਟੋਹ ਵਿੱਚ ਹੈ। ਭੀੜ ਵਿੱਚ ਦੁੱਲਾ ਭੁਲਿਆ ਤੇ ਲਾਲ ਹੁਸੈਨ ਨੂੰ ਸਿੰਗਲ ਚਾ ਮਾਰੇ, ਪਰ ਉਹ ਉਹਦੇ ਵਜੂਦ ਤੇ ਖਲੋਂਦੇ ਨਹੀਂ। ਕੋਤਵਾਲ ਜਿਹੜਾ ਹੁੰਦਾ ਹੈ ਉਹ ਇਸ ਭੇਦ ਦਾ ਜਾਣੂ ਨਹੀਂ ਹੁੰਦਾ। ਦੁੱਲਾ ਸ਼ਾਹੀ ਹੁਕਮ ਨੂੰ ਬਾਹਰੋਂ ਤੇ ਲਾਲ ਹੁਸੈਨ ਅੰਦਰੋਂ ਫੂਕਦਾ ਹੈ। ਮਲਿਕ ਅਲੀ ਕੋਤਵਾਲ ਜਿਹੜਾ ਸੀ ਉਹਨੇ ਇਹ ਨਾ ਜਾਣਾ ਜਿਉਂਦੇ ਲਾਲ ਹੁਸੈਨ ਨੂੰ ਸੰਗਲੀ ਵਲਿਆ ਨਹੀਂ ਜਾ ਸਕਦਾ ਤੇ ਛੜੇ ਰਹੋ, ਪਰ ਲਾਲ ਹੁਸੈਨ ਉਹਦੇ ਜ਼ਾਬਤੇ ਕੋਲੋਂ ਉੱਕਾ ਹੀ ਕੰਡ ਵੱਲਾ ਗਿਆ। ਉਹ ਵਸੇਬ ਦੀ ਰਹਿਤਲ ਨੂੰ ਭੰਡਦਾ ਹੈ। ਮਾਧੂ ਨਾਲ ਉਹਦਾ ਇਸ਼ਕ ਖੇੜਾ ਸ਼ਾਹੀ ਦੇ ਕੋਚ ਦੇ ਪਰਦੇ ਪਾੜਦਾ ਹੈ। ਭਈ ਮਰਦ ਮਰਦ ਨਹੀਂ ਤੇ ਜਨਾਨੀਆਂ ਜਨਾਨੀਆਂ ਨਹੀਂ। ਇੰਜ ਮਾਧੂ ਤੇ ਇਸ਼ਕ ਦੀ ਦੋ ਰਮਜ਼ਾਂ ਨੇ, ਇੱਕ ਤਾਂ ਖੇੜਾ ਸ਼ਾਹੀ ਆਪਣੇ ਅਖੀਰ ਤੇ ਪੁੱਜੀ ਖਲੋਤੀ ਤੇ ਦੂਜਾ ਇਸ਼ਕ ਕੰਜ ਮੋਇਆ ਰੂਹਾਂ ਵਿੱਚ ਜਿੰਦ ਪਾ ਦਿੰਦਾ ਹੈ। ਇਸ਼ਕ ਜਿਹੜਾ ਉਹ ਮੋਇਆ ਵਿੱਚ ਰੂਹ ਪਾ ਦਿੰਦਾ ਹੈ। ਦੋ ਇਸ਼ਕ ਦੀਆਂ ਰਮਜ਼ਾਂ ਹੋ ਗਈਆਂ ਨੇ, ਇੱਕ ਤੇ ਖੇੜਾ ਸ਼ਾਹੀ ਆਪਣੇ ਅਖੀਰ ਤੇ ਖਲੋਤੀ ਹੈ ਤੇ ਦੂਜਾ ਮੋਇਆ ਵਿੱਚ ਇਸ਼ਕ ਜਿਹੜਾ ਉਹ ਰੂਹ ਪਾ ਦਿੰਦਾ ਹੈ। ਲਾਲ ਹੁਸੈਨ ਸਾਡੀ ਜੀਵਨ ਦੀ ਤਾਂਘ ਹੈ ਜਿਸਨੂੰ ਖੇੜਾ ਰਹਿਤਲ ਦੇ ਕਾਜ਼ੀ ਮੁੱਲਾ ਤੇ ਕੈਦੂ ਰੋਕਣ ਲਈ ਢਿੱਲਾ ਦਿੰਦੇ ਨੇ, ਪਰ ਉਹ ਉਹਨਾਂ ਲਈ ਹਰ ਸਾਸ ਸਰਦੀ ਪੀੜ ਬਣ ਖਲੋਂਦਾ ਹੈ। ਇਸੇ ਤਰ੍ਹਾਂ ਲਾਲ ਹੁਸੈਨ ਦੀ ਜ਼ਿੰਦਗੀ ਸਾਨੂੰ ਦੱਸਦੀ ਹੈ ਕਿ ਉਹ ਲੋੜ ਵੇਲੇ ਲਾਲ ਹੁਸੈਨ ਨੂੰ ਵੰਗਾਰ ਦੇਣ, ਪਰ ਦਿਲੋਂ ਸ਼ੱਕ ਤੇ ਖੋਟ ਨਹੀਂ ਕੱਢਦੇ। ਉਹਨੂੰ ਵਿਹੜੇ ਵਾੜ ਕੇ ਬੇਯਕੀਨੀ ਪਾਰੋਂ ਟਿਚਕਰ ਦੇਣ, ਪਰ ਉਹ ਇੱਕ ਤਾਂ ਵੜ ਕੇ ਨਿਕਲਦਾ ਨਹੀਂ ਤੇ ਦੂਜਾ ਉਹਦਾ ਲਗਨ ਜੇ ਲੱਗ ਜਾਵੇ ਤਾਂ ਵਜੂਦ ਨੂੰ ਨਵੀਂ ਜਾਗ ਲਾ ਦਿੰਦੀ ਹੈ। ਖੇੜਿਆਂ ਦੇ ਕੋਟ ਤਖਤ ਲਾਹੌਰ ਨੂੰ ਦੋ ਪਾਸੇ ਘੇਰਿਆ, ਬਾਹਰੋਂ ਦੁੱਲਾ ਫਕੀਰ ਨੂੰ ਮਾਣਿਆ ਤੇ ਹੇਣਿਆਂ ਦੀਆਂ ਫੌਜਾਂ ਬਣ ਕੇ ਇਹਦੇ ਕੰਗਰੇ ਢਾਵਨ ਚੜ੍ਹ ਪਿਆ ਤੇ ਦੂਜੇ ਪਾਸੇ ਅੰਦਰੋਂ ਲਾਲ ਹੁਸੈਨ ਫਕੀਰ ਦੇ ਬੋਲ ਤੇ ਦਮਾਲਾ ਇਹਦੀਆਂ ਕੰਧਾਂ ਨੂੰ ਸਨ ਪੈ ਲਾਉਂਦੇ ਨੇ। ਇਸ ਮਜ਼ਮੂਨ ਵਿੱਚ ਥੋੜਾ ਜਿਹਾ ਸਿਆਸੀ ਰੰਗ ਆਉਂਦਾ ਹੈ। ਜਿਹੜੀ ਮੁਕਦੀ ਗੱਲ ਕਰੀਏ ਤੇ ਇਹਦੇ ਵਿੱਚ ਕਿਉਂ ਜੇ ਪੰਜਾਬ ਜਿਹੜਾ ਨਾ ਉਹਨੂੰ ਕੰਟਰੋਲ ਕਰ ਲਈ ਜ਼ਿਆਦਾ ਰੈਵਨਿਊ ਸਾਨੂੰ ਪੰਜਾਬ ਤੋਂ ਮਿਲਦਾ ਹੈ, ਤੇ ਅਗਰ ਉਹਨੂੰ ਅਸੀਂ ਕੰਟਰੋਲ ਕਰ ਲਈਏ ਸਿਆਸੀ ਰੰਗ ਜਿਹੜਾ ਹੈ ਉਹਦਾ ਪੈਸੇ ਸਾਨੂੰ ਸਾਰੇ ਜਿਹੜੇ ਨਾ ਮੋਸਟਲੀ ਪੰਜਾਬ ਵਿੱਚੋਂ ਲੱਭਦੇ ਨੇ ਤੇ ਅਮੀਰ ਲੋਕ ਉਹਨੂੰ ਐਕਸਪਲੋਇਟ ਕਰਦੇ ਨੇ ਤੇ ਗਰੀਬਾਂ ਨੂੰ ਜਾਂ ਜਿਵੇਂ ਮਾਧੂ ਲਾਲ ਜਿਹੜੇ ਜਾਂ ਲਾਲ ਹੁਸੈਨ ਜਿਹੜੇ ਲੋਕ ਨੇ ਉਸ ਤਰ੍ਹਾਂ ਦੇ ਗਰੀਬ ਲੋਕ ਜਿਹੜੇ ਨਾ ਉਹਨਾਂ ਨੂੰ ਗਰੀਬ ਹੀ ਰੱਖਿਆ ਜਾਂਦਾ ਹੈ, ਉਹਨਾਂ ਨੂੰ ਉਹਨਾਂ ਤੇ ਹੱਕ ਤੇ ਮਜਬੂਰ ਹੱਕ ਤੋਂ ਦੂਰ ਕੀਤਾ ਜਾਂਦਾ ਹੈ। ਅੱਗੇ ਆ ਜਾਂਦਾ ਹੈ ਜੀ ਦੁੱਲੇ ਦੀ ਕਹਾਣੀ। ਕਹਿੰਦੇ ਨੇ 100 ਸਾਲਾਂ ਤੋਂ ਪੰਜਾਬ ਦੇ ਸ਼ਹਿਰਾਂ ਵਿੱਚ ਦੁੱਲੇ ਵਰਗੀ ਕਿਸੇ ਕਹਾਣੀ ਨਹੀਂ ਕੀਤੀ। ਸ਼ਹਿਰ ਮੁਗਲ ਸ਼ਾਹੀ ਦੇ ਠਿਕਾਣੇ ਸੀ ਤੇ ਵਾਸੀ ਦੀਆਂ ਰਿਸਕ ਡੋਰੀ ਉਹਦੀ ਰਕਾਬਾਂ ਨਾਲ ਬੰਨੀ ਹੋਈ ਸੀ।
ਇਹ ਕਹਾਣੀ ਸ਼ੁਰੂ ਹੁੰਦੀ ਹੈ ਜੀ ਅਕਬਰ ਤੇ ਜੁਗਤਾਸ਼ਾਹੀ ਦੀ। ਜਦੋਂ ਜੁਗਤਾਸ਼ਾਹੀ ਨੂੰ ਮਾਮਲਾ ਨਾ ਤਾਰ ਕੇ ਅਕਬਰ ਤੇ ਅਹਿਲਕਾਰਾਂ ਨੂੰ ਬਾਹਰ ਵਿੱਚ ਵੜਨ ਤੋਂ ਡੱਕ ਦਿੱਤਾ ਤੇ ਲੜਾਈ ਨਾਲ ਕੰਮ ਨਾ ਸਰਿਆ ਤੇ ਅਕਬਰ ਸੁਲ੍ਹਾ ਸਮਝੌਤੇ ਨਾਲ ਦੋਹਾਂ ਪਿਓ ਪੁੱਤਰਾਂ ਨੂੰ ਲਾਹੌਰ ਸੱਦਾ ਕੀਤਾ। ਜਦੋਂ ਦੋਸਾ ਲਾਲਚਾਂ ਤੋਂ ਨਾ ਲਿਫੇ ਵੱਤ ਉਹਨਾਂ ਨੂੰ ਫਾਹੀ ਲਾ ਕੇ ਲਾਸ਼ਾਂ ਵਿੱਚ ਤੂੜੀ ਭਰਾ ਕੇ ਕਿਲੇ ਤੇ ਬੂਹੇ ਉੱਤੇ ਟੰਗ ਦਿੱਤਾ। ਦੁੱਲਾ ਇਹਨਾਂ ਦੇ ਕਤਲ ਦੇ ਥੋੜੇ ਚਿਰ ਬਾਅਦ ਜਮਿਆ। ਹੁਣ ਅਕਬਰ ਨੇ ਬਾਦਸ਼ਾਹੀ ਸਿਆਸਤ ਦਾ ਪੁਰਾਣਾ ਹਥਿਆਰ ਸਖਤੀ ਤੇ ਦੂਜਾ ਨਰਮੀ ਦਾ ਹਥਿਆਰ ਵਰਤਿਆ ਤੇ ਆਪਣਾ ਸੱਜ ਜਮਾਇਆ। ਦੁੱਲੇ ਤੇ ਉਹਦੀ ਮਾਂ ਨਾਲ ਸਰਕਾਰੀ ਅਮੀਰੀ ਵਰਤੋਂ ਹੋਣ ਲੱਗ ਪਈ। ਜੋ ਸ਼ੇਖੂ ਖਾਵੇ ਲਾਹੇ ਉਹੀ ਦੁੱਲਾ। ਇੱਕ ਉੱਘੇ ਆਲਮ ਦੀ ਡਿਊਟੀ ਲੱਗੀ ਹੈ, ਜੇ ਉਹਨਾਂ ਬਾਦਸ਼ਾਹ ਦੀ ਤਾਬੇਦਾਰੀ ਸਿਖਾ ਕੇ ਆਲੇ ਦੁਆਲੇ ਦੀ ਖਬਰ ਨਾ ਰਹਿਣ ਦਿੱਤੀ ਜਾਵੇ। ਪਰ ਦੁੱਲਾ ਸਨੇ ਬੇਲੀਆਂ ਮਦਰਸੋਂ ਨਿਕਲ ਗਿਆ ਤੇ ਮੁੜ ਨਾ ਪਰਤਿਆ, ਕਿਉਂਕਿ ਉਹਨੂੰ ਸਮਝ ਲੱਗ ਗਈ ਸੀ ਕਿ ਇਹ ਜਿਹੜੀ ਤਾਲੀਮ ਹੈ ਇਹਦਾ ਮਕਸਦ ਗੁਲਾਮੀ ਹੈ। ਮਦਰਸਾ ਛੱਡਣਾ ਹੀ ਉਹਦੇ ਇਨਕਾਰ ਦਾ ਮੁੱਢ ਸੀ। ਇਨਕਾਰ ਨੂੰ ਪੰਜਾਬੀ ਵਿੱਚ ਨਾਬਰੀ ਵੀ ਕਹਿੰਦੇ ਨੇ। ਉਹਨੇ ਜਾਂਚ ਲਿੱਤਾ ਜੇ ਕਿਤਾਬਾਂ, ਉਸਤਾਦ ਤੇ ਮਦਰਸਾ ਜ਼ੁਲਮ ਤੇ ਜਾਲ ਦੀਆਂ ਕੁੰਡੀਆਂ ਨੇ, ਜਿਸ ਪੂਰੇ ਵਸੇਬ ਨੂੰ ਵਲੇਟ ਵਿੱਚ ਲਿਆ ਹੈ। ਮਾਂ ਨੇ ਵੀ ਪੜ੍ਹਨ ਲਈ ਸਮਝਾਇਆ ਪਰ ਉਹ ਨਾ ਸਮਝਿਆ। ਉੜਕ ਮਰਾਸਨ ਨੇ ਉਹਨੂੰ ਦੱਸ ਦਿੱਤਾ ਕਿ ਉਹਦੇ ਪਿਓ ਤੇ ਦਾਦੇ ਦੀਆਂ ਲਾਸ਼ਾਂ ਚੁਗਦਿਆਂ ਬੂਹੇ ਟੰਗੀਆਂ ਹੋਈਆਂ ਸਨ ਤੇ ਜਿਨ੍ਹਾਂ ਦੀਆਂ ਲਾਸ਼ਾਂ ਟੰਗੀਆਂ ਹੋਣ ਉਹ ਗੁਲੇਲਾਂ ਨਾਲ ਨਹੀਂ ਖੇਡਦੇ। ਫਿਰ ਇਸ ਗੱਲ ਦੀ ਟੋਹ ਉਹਨੇ ਆਪਣੀ ਮਾਂ ਤੋਂ ਵੀ ਲਿੱਤੀ ਤੇ ਮਾਂ ਨੇ ਕਹਾਣੀ ਖੋਲ੍ਹ ਦਿੱਤੀ। ਅਕਬਰ ਨਾਲ ਉਹਦਾ ਵੈਰ ਜਿਹੜਾ ਸੀ ਉਹ ਪੰਥ ਵਿਹਾਰ 'ਤੇ ਸੀ। ਦੁੱਲੇ ਨੇ ਫਿਰ ਅਕਬਰ ਨਾਲ ਬਦਲਾ ਲੈਣ ਦੀ ਜਿਹੜੀ ਹੈ ਨਾ ਉਹ ਮਨ 'ਚ ਵਸਾ ਲਿਆ ਕਿ ਉਹਨੇ ਬਦਲਾ ਲੈਣਾ। ਪਹਿਲਾਂ ਉਹਨੇ ਨਾਨਕੇ ਘਰ ਵਿੱਚ ਚੁਗਤੇਸ਼ਾਹੀ ਦੇ ਰਜਾਇ ਚੌਧਰੀਆਂ ਨੂੰ ਨਿਬੇੜਿਆ। ਉੱਥੋਂ ਵੀ ਜਿਹੜੇ ਡੰਗਰ ਮਾਲ ਸਨ ਉਹ ਕਮੀ ਕਮੀਨ ਨੂੰ ਦਿੱਤੇ ਅਤੇ ਫਿਰ ਬਾਕੀ ਲੋਕ ਜਿਹੜੇ ਸਨ ਉਹਨਾਂ ਤੋਂ ਵੀ ਉਹਨੇ ਉਹਨਾਂ ਦੀ ਮਦਦ ਕੀਤੀ ਅਤੇ ਜਿਹੜੇ ਲਾਹੌਰ ਜਾਣ ਵਾਲੇ ਸਨ ਨਾ ਉਹਨਾਂ ਨੂੰ ਵੀ ਉਹਨੇ ਬਾਦਸ਼ਾਹ ਤੋਂ ਸੁਨੇਹਾ ਘੱਲਿਆ ਕਿ ਜੀ ਸਾਡਾ ਵੀ ਮਿਲਣ ਦਾ ਜੀ ਹੈ, ਸਾਨੂੰ ਵੀ ਮਿਲ। ਪਰ ਅਖੀਰਲੇ ਹੁੰਦਾ ਕੀ ਹੈ ਜੀ, ਕਿਸੇ ਇੱਕ ਧੋਖੇ ਨਾਲ ਨਹੀਂ ਨਾ ਦੁੱਲਾ ਜਿਹੜਾ ਉਹ ਫੜਾਇਆ ਜਾਂਦਾ ਹੈ, ਬੇੜੀਆਂ ਵਿੱਚ ਉਹਨੂੰ ਮਾਰ ਕੇ ਲਾਹੌਰ ਲਿਆਇਆ ਜਾਂਦਾ ਹੈ ਅਤੇ ਉੱਥੇ ਉਹਨੂੰ ਕਿਹਾ ਜਾਂਦਾ ਜੀ ਬਾਦਸ਼ਾਹ ਕੋਤਵਾਲ ਨੂੰ ਹੁਕਮ ਦਿੰਦਾ ਹੈ ਕਿ ਜਿਹੜੇ ਰੰਗ ਦਾ ਦੁੱਲਾ ਸੂਲੀ ਚੜ੍ਹੇ ਅਤੇ ਜਿਹੜੇ ਬੋਲ ਉਹ ਮੂੰਹੋਂ ਕੱਢੇ ਉਹ ਮੈਨੂੰ ਸਭ ਤੋਂ ਪਹਿਲਾਂ ਅਤੇ ਸਭ ਤੋਂ ਛੇਤੀ ਦੱਸਿਓ। ਪਰ ਜਿਹੜੀ ਖਬਰ ਦੀ ਬਾਦਸ਼ਾਹ ਨੂੰ ਤਾਂਘ ਸੀ ਉਹ ਨਾ ਪੜੀ। ਦੁੱਲਾ ਜਿਹੜੇ ਰੰਗ ਜੀਵਿਆ ਉਹ ਉਸੇ ਰੰਗੋਂ ਮਰਿਆ। ਉਹਨੇ ਸੂਲੀ ਚੜ੍ਹ ਕੇ ਹਮੇਸ਼ ਲਈ ਚੁਗਤਿਆਂ 'ਤੇ ਗੱਲ ਫਾਹ ਪਾ ਦਿੱਤਾ। ਹੁਣ ਜਦ ਤਾਈਂ ਚੁਗਤੇ ਜਗ 'ਤੇ ਚੁਗਤਾਸ਼ਾਹੀ ਰਹੀ ਸੀ, ਹਰ ਦਮ ਮੌਤ ਨਾਲ ਹੀ ਜੁੜੀ ਰਹੀ ਸੀ। ਭਾਵੇਂ ਦੁੱਲੇ ਦੀ ਕਹਾਣੀ ਸ਼ਹਿਰਾਂ ਵਿੱਚ ਨਾ ਵੜਨ ਦਿਓ, ਪਿੰਡਾਂ ਵਿੱਚ ਨਾ ਕਰਨ ਦਿਓ। ਇਹਦੀ ਜੀ ਮੋਰਲ ਆਫ ਦਾ ਸਟੋਰੀ ਹੈ ਕਿ ਜੀ ਜਿਹੜੇ ਬੜੇ ਬੜੇ ਲੋਕ ਸਨ ਨਾ, ਜਿਹੜੇ ਮੁਗਲ ਸਨ ਜਾਂ ਜੋ ਵੀ ਸਨ, ਉਹਨਾਂ ਨੇ ਪੰਜਾਬ ਨਾਲ ਕੁਝ ਅੱਛਾ ਨਹੀਂ ਕੀਤਾ। ਪੰਜਾਬ ਨਾਲ ਹਮੇਸ਼ਾ ਹੀ ਬੜੀ ਜ਼ਿਆਦਤੀ ਰਹੀ ਹੈ। ਪੰਜਾਬ ਨਾਲ ਕੋਈ ਜਿਵੇਂ ਅਸੀਂ ਕਹਿੰਦੇ ਨਾ ਜੀ ਪਾਕਿਸਤਾਨ ਨਾਲ ਕੋਈ ਵੀ ਸਗਾ ਨਹੀਂ ਰਿਹਾ, ਇਸ ਕਰਕੇ ਪੰਜਾਬ ਨਾਲ ਵੀ ਕੋਈ ਸਗਾ ਨਹੀਂ ਰਿਹਾ। ਪੰਜਾਬ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਗਈ ਅਤੇ ਵੱਡੇ ਵਡੇਰੇ ਲੋਕ ਜੋ ਸਨ ਇਸੇ ਤਰ੍ਹਾਂ ਦੇ ਵਡੇਰੇ ਵੱਢ ਕੇ ਸਮਝੇ, ਉਹਨਾਂ ਨੇ ਪੰਜਾਬ ਨੂੰ ਵੇਚਣ ਦੀ ਕੋਸ਼ਿਸ਼ ਕੀਤੀ ਹੈ। ਅਤੇ ਦੁੱਲੇ ਜੈਸੇ ਜਿਹੜੇ ਲੋਕ ਸਨ, ਛੋਟੇ ਲੋਕ, ਉਹ ਪੰਜਾਬ ਧਰਤੀ ਦੇ ਬੜੇ ਦਿਲਦਾਦਾ ਲੋਕ ਸਨ, ਪੇਟਰੀਓਟਿਕ ਲੋਕ ਸਨ, ਜਿਹੜੀ ਆਪਣੀ ਮਾਂ ਧਰਤੀ ਨੂੰ ਵੇਚਣ ਦੀ ਚਾਹ ਨਹੀਂ ਰੱਖਦੇ ਸਨ ਅਤੇ ਜੋ ਕੋਈ ਉਹਨੂੰ ਵੇਚਣ ਦੀ ਚਾਹ ਰੱਖਦਾ ਸੀ ਉਹਨੂੰ ਉਹਦਾ ਬਦਲਾ ਲੈਣ ਦੀ ਕੋਸ਼ਿਸ਼ ਕਰਦੇ ਸਨ। ਪਰ ਡੈਫੀਨੇਟਲੀ ਉਹ ਕਮਜ਼ੋਰ ਲੋਕ ਸਨ, ਕਰ ਤੇ ਕੁਛ ਨਹੀਂ ਸਕਦੇ ਸਨ, ਪਰ ਉਹਨੇ ਉਹਨਾਂ ਦੇ ਦਿਲ ਵਿੱਚ ਮਾਂ ਧਰਤੀ ਦਾ ਬੜਾ ਪਿਆਰ ਸੀ। ਇਹ ਦੁੱਲੇ ਦੀ ਕਹਾਣੀ ਹੈ। ਹੁਣ ਇਹਦੇ ਫਿਕਰੀ ਅਤੇ ਫਨੀ ਖੂਬੀਆਂ ਨੇ ਜਿਹੜੀਆਂ ਨੇ, ਕਲਾਸਿਕੀ ਮਜ਼ਮੂਨਾਂ ਦੀ ਚੋਣ। ਨਜ਼ਮ ਸਾਹਿਬ ਨੇ ਇਹਨਾਂ ਕਲਾਸਿਕੀ ਮਜ਼ਮੂਨਾਂ ਦੇ ਇੱਕ ਇੱਕ ਪੱਖ 'ਤੇ ਚੰਗਾ ਜਿਹੜਾ ਨਾ ਵਕਤ ਲਗਾਇਆ ਅਤੇ ਉਹਨੂੰ ਬੜੇ ਢੰਗ ਅਤੇ ਡੂੰਘੇ ਅਤੇ ਭਰਵੇਂ ਨੁਕਤੇ ਪੜਿਆ ਅਤੇ ਸਾਹਮਣੇ ਲਿਆਉਂਦਾ। ਮੌਜੂਦੀ ਹਕਾਇਕਾਨਾ ਤਨਕੀਦ ਜਮਹੂਰੀ ਤਨਕੀਦ ਦੀ ਇਬਤਦਾ ਮੌਜੂਦ ਹਕਾਇਕ ਤੋਂ ਕਰਦੇ ਨੂੰ।
ਜਿਸ ਤੋਂ ਬਾਅਦ ਜਿਹੜਾ ਪੜ੍ਹਨ ਵਾਲਾ ਹੈ ਉਹ ਸੱਚ ਤੇ ਝੂਠ ਤੇ ਨਤਾਰੇ ਦੇ ਕਾਬਿਲ ਹੋ ਜਾਂਦਾ ਹੈ, ਨਾਲੇ ਉਹਨੂੰ ਫਿਕਰ ਦੀ ਦਾਵਤ ਵੀ ਮਿਲਦੀ ਹੈ। ਨਜ਼ਮ ਹੁਸੈਨ ਸਈਦ ਪੰਜਾਬੀ ਦੇ ਉੱਚ ਪੱਧਰ ਤੇ ਨਕਾਦ ਨੇ। ਉਹਨਾਂ ਦਾ ਇਹ ਸ਼ਊਰ ਅੰਗਰੇਜ਼ੀ ਅਦਬ ਦੇ ਡੂੰਘੇ ਮੁਤਾਲੇ, ਅੰਗਰੇਜ਼ੀ ਤਨਕੀਦ ਦੇ ਅਸੂਲਾਂ ਦੇ ਚਾਨਣ ਵਿੱਚ ਪਰਵਾਨ ਚੜ੍ਹਿਆ ਹੈ, ਪਰ ਉਹਨਾਂ ਅੰਗਰੇਜ਼ੀ ਤਨਕੀਦ ਦੇ ਅਸੂਲਾਂ ਤੋਂ ਬਹੁਤ ਹੀ ਘੱਟ ਕੰਮ ਲਿਆ ਹੈ, ਸਗੋਂ ਪੰਜਾਬੀ ਅਦਬ ਬਾਰੇ ਵਿੱਚੋਂ ਤਨਕੀਦੀ ਅਸੂਲ ਮੁਰੱਤਬ ਕੀਤੇ ਨੇ, ਖਾਸ ਤੌਰ ਤੇ ਤਖਲੀਕਕਾਰ ਦੇ ਜ਼ਮਾਨੇ ਦੇ ਹਾਲਾਤ ਨੂੰ ਮੁੱਖ ਰੱਖ ਕੇ ਉਹਦੇ ਤਨਾਜ਼ਰ ਵਿੱਚ ਆਪਣੀ ਰਾਏ ਦਾ ਉਹਨਾਂ ਨੇ ਇਜ਼ਹਾਰ ਕੀਤਾ ਹੈ। ਇਸ ਤਰ੍ਹਾਂ ਉਹਨਾਂ ਦੀ ਤਨਕੀਦ ਦੇ ਡਾਂਡੇ ਇਮਰਾਨੀ ਤਨਕੀਦ ਨਾਲ ਮਿਲਦੇ ਨੇ। ਲਫ਼ਜ਼ਾਂ ਦੇ ਕਾਫੀਏ ਦੀ ਵਰਤੋਂ, ਇਹਨਾਂ ਨੇ ਰਦੀਫ ਦੀ ਵਰਤੋਂ ਲਫ਼ਜ਼ਾਂ ਦੇ ਮਾਨੀ ਉਹਨਾਂ ਦੇ ਸੋਤੀ ਆਹੰਗ ਨਾਲ ਜਿਹੜੇ ਜਜ਼ਬੇ ਨੇ ਜਾਂ ਹਸਿਆਤ ਨੂੰ ਖੂਬਸੂਰਤ ਅੰਦਾਜ਼ ਵਿੱਚ ਬਿਆਨ ਵੀ ਕੀਤਾ ਹੈ, ਜਿਵੇਂ ਕਿ ਸੱਸੀ ਨਿੱਤ ਦਾ ਅਚੰਬਾ ਹੈ, ਉਹਨੇ ਨਵੀਂ ਅਣਡਿੱਠੀ ਹੈ। ਫਿਰ ਠੇਠ ਜ਼ੁਬਾਨ ਦੀ ਵੀ ਵਰਤੋਂ ਕੀਤੀ ਹੈ, ਇਹਨਾਂ ਨੂੰ ਸ਼ਊਰੀ ਤੌਰ ਤੇ ਕਲਾਸਿਕੀ ਸਰਮਾਏ ਨਾਲ ਰਿਸ਼ਤਾ ਜੋੜਨ ਤੇ ਆਉਣ ਵਾਲੀਆਂ ਨਸਲਾਂ ਨੂੰ ਲਾਭ ਦੇਣ ਲਈ ਪਿੰਡਾਂ ਤੀਕਰ ਮਹਿਦੂਦ ਪੰਜਾਬੀ ਤੇ ਠੇਠ ਤੇ ਉੱਪਰ ਦੀ ਵਰਤੋਂ ਵੀ ਕੀਤੀ ਗਈ ਹੈ। ਲਫ਼ਜ਼ਾਂ ਦੀ ਇਮਲਾ ਜ਼ੁਬਾਨ ਤੋਂ, ਨਜ਼ਮ ਹੋਰਾਂ ਨੇ ਲਫ਼ਜ਼ਾਂ ਦੀ ਇਮਲਾ ਵੀ ਆਪਣੇ ਹਿਸਾਬ ਨਾਲ ਲਿਖੀ ਹੈ, ਜਿਵੇਂ ਪਿੰਡਾਂ ਵਿੱਚ ਅਨਪੜ੍ਹ ਬੰਦੇ ਬੋਲਦੇ ਨੇ, ਮਸਲਨ ਸਾਂਝ ਨੂੰ ਅਸਾਂਝ ਬੋਲਿਆ ਜਾਂਦਾ ਹੈ, ਸੀਨ ਅਲਿਫ ਨੂਨ ਜੇ ਹੇ ਅੱਖਾਂ ਵਾਲੀ ਹੇ ਉਹਨੂੰ ਅਸਾਂਝ ਬੋਲਦੇ ਨੇ, ਅਲਿਫ ਅੱਗੇ ਲਾ ਦਿੰਦੇ ਨੇ। ਚਨਾਨ ਨੂੰ ਚਨਾ ਲਿਖਿਆ ਜਾਂਦਾ ਹੈ, ਚੇ ਨੂਨ ਅਲਿਫ ਨੂਨ ਹੇ ਯੇ ਚਨਾ। ਇਸ ਤਰ੍ਹਾਂ ਇੱਕ ਥਾਂ ਪਿਛਲੇ ਪੈਰੀ ਬਾਹਰ ਵਿੱਚ ਵੜ ਕੇ ਕੀ ਵੀ ਜਿਉਂਦਾ ਨਹੀਂ ਰਹਿ ਸਕਦਾ। ਉਹਨਾਂ ਨੇ ਇਸ ਤਰ੍ਹਾਂ ਥੋੜ੍ਹੀ ਥੋੜ੍ਹੀ ਇਮਲਾ, ਕਿਉਂਕਿ ਪੇਂਡੂ ਲੋਕ ਸਿਰ ਜਿਹੜੇ ਸਨ ਜਾਂ ਪੇਂਡੂ ਵਸਨੀਕ ਦੇ ਜਿਹੜੇ ਲੋਕ ਨੇ, ਉਹਨਾਂ ਦੀ ਬੋਲੀ ਜਿਹੜੀ ਨਾ ਥੋੜ੍ਹੀ ਜਿਹੀ ਵੱਖ ਹੁੰਦੀ ਹੈ। ਮਾਡਰਨ ਪੰਜਾਬੀ ਜਿਹੜੀ ਲਿਖੀ ਜਾਂਦੀ ਹੈ ਉਹ ਲਿਖਣੀ ਥੋੜ੍ਹੀ ਹੋਰ ਹੈ, ਅਤੇ ਜੇ ਬੋਲਣ ਵਾਲੇ ਲੋਕ ਨੇ ਨਾ ਉਹ ਥੋੜ੍ਹੇ ਹੋਰ ਤਰੀਕੇ ਨਾਲ ਬੋਲਦੇ ਨੇ, ਅਤੇ ਉਹਨਾਂ ਨੇ ਠੇਠ ਜ਼ੁਬਾਨ ਦੀ ਇਸਤੇਮਾਲ ਕੀਤੀ ਹੈ, ਅਤੇ ਇਮਲਾ ਵਿੱਚ ਵੀ ਉਹਨਾਂ ਨੇ ਉਹਨਾਂ ਲੋਕਾਂ ਦੇ ਅਲਫਾਜ਼ ਲਿਖੇ ਨੇ। ਦਾਇਰਾ ਸ਼ਕਲ ਮਜ਼ਮੂਨ ਕੀ ਹੈ ਜੀ? ਮਜ਼ਮੂਨ ਨੇ ਘੇਰੇ ਜਾਂ ਦਾਇਰੇ ਦੀ ਸ਼ਕਲ ਵਿੱਚ ਲਿਖੇ ਨੇ, ਯਾਨੀ ਜਿੱਥੋਂ ਉਹ ਮਜ਼ਮੂਨ ਦਾ ਮੁੱਢ ਬਣਿਆ ਉੱਥੇ ਹੀ ਲਿਆ ਕੇ ਮਜ਼ਮੂਨ ਨੂੰ ਮੁਕਾ ਦਿੰਦਾ ਹੈ, ਕੰਪਲੀਟ ਸਰਕਲ। ਖਾਸ ਤਕਨੀਕ ਵੀ ਇਹਨਾਂ ਨੇ ਇਸਤੇਮਾਲ ਕੀਤੀ ਹੈ। ਉਹਨਾਂ ਨੇ ਤਨਕੀਦੀ ਅਸੂਲ ਪਹਿਲਾਂ ਤੋਂ ਨਹੀਂ ਮੱਥੇ, ਅਤੇ ਨਾ ਹੀ ਉਹਨਾਂ ਗੰਨੇ ਮੱਥੇ ਅਸੂਲਾਂ ਵਿੱਚ ਫਰੇਮ ਕੀਤਾ ਹੈ, ਕਿਸੇ ਸ਼ਾਇਰ ਦੀ ਸ਼ਾਇਰੀ ਨੂੰ ਫਿੱਟ ਕਰਨ ਦੀ ਕੋਸ਼ਿਸ਼ ਵੀ ਨਹੀਂ ਕੀਤੀ। ਉਹਨਾਂ ਨੇ ਸ਼ਾਇਰ ਦੇ ਕਲਾਮ ਨੂੰ ਮੁੱਖ ਰੱਖ ਕੇ ਤਨਕੀਦ ਕੀਤੀ ਹੈ, ਅਤੇ ਸ਼ਾਇਰ ਮੁਜਬ ਅਸੂਲ ਵਰਤੇ ਨੂੰ, ਨਾਲੇ ਕਹਾਣੀ ਨੂੰ ਤਾਰੀਖੀ ਹਵਾਲੇ ਨਾਲ ਤੋਰ ਕੇ ਅਸਲ ਸੱਟਾ ਕੱਢਿਆ ਹੈ। ਸਾਰਿਆਂ ਦੀ ਸਲਾਹਨਾ, ਅਸਮਤ ਡਾਕਟਰ ਅਸਮਤੁੱਲਾ ਜ਼ਾਹਿਦ ਕਹਿੰਦੇ ਨੇ, ਕਿਤਾਬ ਆਪਣੇ ਅਸਲੂਬ ਦੇ ਹਵਾਲੇ ਨਾਲ ਪੰਜਾਬੀ ਤਨਕੀਦ ਦੀਆਂ ਕਿਤਾਬਾਂ ਵਿੱਚ ਇੱਕ ਅਹਿਮ ਮਕਾਮ ਦੀ ਹੱਕਦਾਰ ਹੈ। ਮੁਕਤੀ ਗੱਲ ਕਰੀਏ ਜੀ, ਇਹ ਪੰਜਾਬੀ ਦੇ ਦੂਜੇ ਪਾਰਖਾਂ ਅਤੇ ਨਕਾਦਾਂ ਨਾਲੋਂ ਨਜ਼ਮ ਸਾਹਿਬ ਹੋਰਾਂ ਦੀ ਸੋਚ ਅਤੇ ਅਪਰੋਚ ਵੱਖਰੀ ਹੈ। ਉਹ ਸ਼ਾਇਰੀ ਦੇ ਸਮੁੰਦਰ ਦੇ ਅੰਦਰ ਲੈ ਕੇ ਇਹੋ ਜਿਹੇ ਮੋਤੀ ਕੱਢ ਲਿਆਉਂਦੇ ਨੇ ਜਿਨ੍ਹਾਂ ਦੀ ਚਮਕ ਦਮਕ ਅਤੇ ਲਸ਼ਕ ਪਸ਼ਕ ਸਾਡੀਆਂ ਅੱਖਾਂ ਨੂੰ ਚੁੰਧਿਆ ਦਿੰਦੀ ਹੈ। ਪੰਜਾਬੀ ਦੇ ਪਾਰਖਾਂ ਵਿੱਚ ਨਜ਼ਮ ਹੋਰਾਂ ਦਾ ਮੁਕਾਮ ਉੱਚਾ ਸੁੱਚਾ ਅਤੇ ਬੁਲੰਦ ਹੈ। ਇਸ ਦੇ ਨਾਲ ਹੀ ਸਾਡਾ ਸਾਰਾ ਦਾ ਟੌਪਿਕ ਹੈ ਉਹ ਮੁਕੰਮਲ ਹੋ ਜਾਂਦਾ ਹੈ।